ਦੇ ਵਿੱਚ ਵੀਡੀਓ ਆਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਚੱਕਿਆ ਕਿ ਮਾਂ ਤਾਂ ਇਹ ਸਭ ਕੁਝ ਪੈਸੇ ਲਈ ਕਰਦੀ ਹੈ। ਜਿੰਨਾ ਵੀ ਮੇਰੇ ਕੋਲ ਪੈਸਾ ਆਉਂਦਾ ਮੈਂ ਮਠਾਈ ਵੀ ਬਣਾਉਂਦੀ ਹਾਂ, ਮੈਂ ਕੱਪੜਾ ਵੀ ਵੇਚਦੀ ਹਾਂ, ਆਪਣੇ ਕੁੜੀਆਂ ਤੋਂ ਕੋਈ ਚੀਜ਼ ਨਹੀਂ ਲੈਂਦੀ। ਮੈਂ ਕਿਹਾ ਮੈਂ ਦੇਣ ਜੋਗੀ ਨਹੀਂ ਨਾ ਤਾਂ ਮੈਂ ਲੈਣ ਜੋਗੀ ਵੀ ਨਹੀਂ, ਮੈਂ ਧੀਆਂ ਨੂੰ ਦਿਉਂਗੀ। ਤਾਂ ਇੱਕ ਧੀ ਨਹੀਂ ਪਿਆਰ ਕਰਦੀ ਮੈਨੂੰ, ਮੇਰੇ ਸਾਰੇ ਧੀਆਂ ਪਿਆਰ ਕਰਦੇ ਆ, ਸਾਰੇ ਪੁੱਤ ਪਿਆਰ ਕਰਦੇ ਆ, ਮੈਨੂੰ ਰੱਖਣ ਵਾਲੇ ਬਹੁਤ ਆ। ਸਾਰਾ ਪੰਜਾਬ ਬੈਠਿਆ, ਸਾਰਾ ਅਮੈਰੀਕਾ ਕਨੇਡਾ ਸੀ, ਮੈਂ ਮਾਂ ਵਾਂ ਸਭ ਦੀ। ਮੈਂ ਕਹਿੰਦੀ ਪੁੱਤ ਪੈਸੇ ਨਹੀਂ ਲੈਣੇ, ਜਦੋਂ ਮੈਨੂੰ ਲੋੜ ਹੋਊਗੀ ਮੈਂ ਤੁਹਾਨੂੰ ਕਹਿ ਦਊਂਗੀ ਮੈਨੂੰ ਪੈਸੇ ਦੇ ਦਿਓ, ਤੁਸੀਂ ਪੈਸੇ ਦਊਂਗੇ ਨਹੀਂ ਮਾਂ ਨੂੰ। ਲੇਕਿਨ ਮੈਂ ਰੋਟੀ ਦਾ ਪੈਸਾ ਕੋਈ ਨਹੀਂ ਲੈਂਦੀ, ਮੈਂ ਤੁਹਾਨੂੰ ਕਹੂੰਗੀ ਮੈਨੂੰ ਪੈਸੇ ਦਿਓ, ਹੀਰੇ ਤੁਹਾਡੇ ਕੋਲ ਲੈਣੇ ਆ, ਮੇਰੇ ਸੋਨੇ ਦੇ ਡੱਲੀ ਉਹ ਤੁਸੀਂ ਦੇਣੇ ਮੈਨੂੰ ਪੈਸੇ। ਬੋਲਦੇ ਬਹੁਤ ਕਮਾਲ, ਮੈਂ ਇੱਦਾਂ ਕਹਿੰਦੀ ਉਹਨਾਂ ਨੂੰ, ਮੈਂ ਕਿਸੇ ਕੋਲ ਪੈਸਾ ਨਹੀਂ ਲੈਂਦੀ। ਜਦੋਂ ਤੁਹਾਡੀਆਂ ਸਟਾਰਟਿੰਗ ਦੇ ਵਿੱਚ ਵੀਡੀਓ ਆਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਚੱਕਿਆ ਕਿ ਮਾਂ ਤਾਂ ਇਹ ਸਭ ਕੁਝ ਪੈਸੇ ਲਈ ਕਰਦੀ ਹੈ। ਪੁੱਤ ਮੈਂ ਟਿਫਨ ਵੀ ਬਣਾ ਕੇ ਦਿੰਦੀ ਹਾਂ, ਅੱਛਾ, ਮੈਂ ਸਮੋਸੇ ਵੀ ਵੇਚਦੀ ਹਾਂ, ਮੈਂ ਪੰਜੀਰੀ ਵੀ ਵੇਚਦੀ ਹਾਂ, ਮੈਂ ਗੋਭੀ ਗਾਜਰਾਂ ਚਾਰ ਵੀ ਵੇਚਦੀ ਹਾਂ। ਜਿੰਨਾ ਵੀ ਮੇਰੇ ਕੋਲ ਪੈਸਾ ਆਉਂਦਾ ਮੈਂ ਮਿਠਾਈ ਵੀ ਬਣਾਉਂਦੀ ਹਾਂ, ਮੈਂ ਕੱਪੜਾ ਵੀ ਵੇਚਦੀ ਹਾਂ, ਜਿੰਨਾ ਵੀ ਮੇਰਾ ਪੈਸਾ ਆਉਂਦਾ ਨਾ ਉਹ ਮੈਂ ਬਿਜ਼ਨਸਮੈਨ ਹਾਂ, ਤੁਸੀਂ ਤਾਂ ਵੱਡੇ ਤਕੜੇ ਮਤਲਬ ਕੰਮ। ਮੈਂ ਉਹਦੇ ਪੈਸੇ ਦੀ ਮੈਂ ਗਰੋਸਰੀ ਪੜ੍ਹਿਆ, 1400-1500 ਡਾਲਰ ਮੇਰੀ ਪੈਸਨ ਵੀ ਆਉਂਦੀ ਹੈ। ਅੱਛਾ, ਤਾਂ ਹੀ ਸਾਰੀਆਂ ਛਾਪਾਂ ਪਾਈਆਂ, ਪੈਸੇ ਪੂਸੇ ਚੰਗੇ ਆ ਮਾਤਾ ਕੋਲ। ਹਾਂ, ਅਤੇ ਮਹਾਰਾਜ ਮੈਂ ਆਪਣੇ ਕੁੜੀਆਂ ਤੋਂ ਕੋਈ ਚੀਜ਼ ਨਹੀਂ ਲੈਂਦੀ। ਮੈਂ ਕਿਹਾ ਮੈਂ ਦੇਣ ਜੋਗੀ ਨਹੀਂ ਨਾ ਤਾਂ ਮੈਂ ਲੈਣ ਜੋਗੀ ਵੀ ਨਹੀਂ, ਮੈਂ ਧੀਆਂ ਨੂੰ ਦਿਉਂਗੀ, ਮੈਂ ਲੈਣਾ ਨਹੀਂ। ਠੀਕ ਹੈ, ਧੀਆਂ ਦਾ ਫਿਰ ਨਰਕਣ ਜਾਣਾ, ਮੈਂ ਨਰਕ ਨਾ। ਠੀਕ, ਮੈਂ ਆਪਣੇ ਬੱਚਿਆਂ ਨੂੰ ਕਿਹਾ ਮੈਨੂੰ ਕੋਈ ਚੀਜ਼ ਨਹੀਂ ਲੈ ਕੇ ਦੇਣੀ। ਅੱਛਾ, ਮੈਂ ਆਪਣੇ ਹੱਕ ਦੀ ਕਮਾਈ ਮੈਂ ਆਪ ਕਮਾ ਕੇ ਆਪ ਖਾਂਦੀ ਹਾਂ। ਅੱਛਾ, ਬਹੁਤ ਜਿੱਦਾਂ ਤੁਸੀਂ ਹੁਣ ਕਰਦੇ ਹੋ ਸੇਵਾ, ਤੁਹਾਨੂੰ ਵੀ ਲੱਗਦਾ ਕਿ ਕਦੇ ਜਿੱਦਾਂ ਮਤਲਬ ਮੈਂ ਬੱਚਿਆਂ ਨੂੰ ਖਾਣਾ ਖਵਾਉਣੀ ਹੈ, ਜੇ ਕਿਤੇ ਮਾਂ ਬੁੱਢੀ ਹੋ ਗਈ ਤਾਂ ਕੋਈ ਮੇਰੀ ਸਾਰ ਲਊਗਾ, ਲੱਗਦਾ? ਪਤਾ ਨਹੀਂ ਮੈਨੂੰ, ਇਹ ਤਾਂ ਰੱਬ ਜਾਣਦਾ ਲੈਣਗੇ ਕਿ ਨਹੀਂ। ਪੈਸੇ ਮੇਰੇ ਬੱਚੇ ਬਹੁਤ ਚੰਗੇ ਆ, ਚੰਗੇ ਆ, ਮੇਰੇ ਕੋਲ ਕੋਈ ਲਫ਼ਜ਼ ਨਹੀਂ। ਮੇਰੇ 3 ਧੀਆਂ ਨੇ, ਮੈਂ ਕਿਹਾ ਮੇਰੇ ਮੁੰਡੇ ਆ। ਹਾਂ, ਬੁੱਢੀ ਹੋ ਗਈ, ਮੈਂ ਕਹਿੰਦੀ ਹੁੰਦੀ ਹਾਂ ਕਿ ਮੈਂ ਸਾਂਭੂਗੀ। ਠੀਕ, ਮੇਰੇ ਬੱਚੇ ਕਹਿੰਦੇ ਆ, ਬਾਕੀ ਮੈਨੂੰ ਜਿਹੜੇ ਤੁਸੀਂ ਬੈਠੇ ਹੋ ਨਾ, ਮੈਨੂੰ ਡੋਲਣ ਨਹੀਂ ਦਿੰਦੇ ਮੇਰੇ ਬੱਚੇ। ਬਿਲਕੁਲ, ਮੈਨੂੰ ਗਾਣਾ ਹੰਸਰਾਜ ਜੀ ਦਾ ਵੀ, ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਨਹੀਂ, ਮੇਰੀ ਧੀਆਂ ਬਹੁਤ ਚੰਗੀਆਂ ਨੇ, ਬਹੁਤ ਜ਼ਿਆਦਾ ਪਿਆਰ ਕਰ, ਇੱਕ ਧੀ ਨਹੀਂ ਪਿਆਰ ਕਰਦੀ ਮੈਨੂੰ, ਮੇਰੇ ਸਾਰੇ ਧੀਆਂ ਪਿਆਰ ਕਰਦੇ ਆ, ਸਾਰੇ ਪੁੱਤ ਪਿਆਰ ਕਰਦੇ ਆ, ਮੈਨੂੰ ਰੱਖਣ ਵਾਲੇ ਬਹੁਤ ਆ। ਸਾਰਾ ਪੰਜਾਬ ਬੈਠਿਆ, ਸਾਰਾ ਅਮੈਰੀਕਾ ਕਨੇਡਾ ਸੀ, ਮੈਂ ਮਾਂ ਵਾਂ ਸਭ ਦੀ। ਮੈਂ ਕਹਿੰਦੀ ਪੁੱਤ ਪੈਸੇ ਨਹੀਂ ਲੈਣੇ, ਜਦੋਂ ਮੈਨੂੰ ਲੋੜ ਹੋਊਗੀ ਮੈਂ ਤੁਹਾਨੂੰ ਕਹਿ ਦਊਂਗੀ ਮੈਨੂੰ ਪੈਸੇ ਦੇ ਦਿਓ, ਤੁਸੀਂ ਪੈਸੇ ਦਊਂਗੇ ਨਹੀਂ ਮਾਂ ਨੂੰ। ਲੇਕਿਨ ਮੈਂ ਰੋਟੀ ਦਾ ਪੈਸਾ ਕੋਈ ਨਹੀਂ ਲੈਂਦੀ। ਜਿਹੜਾ ਕੋਈ ਕਹਿੰਦਾ ਸੀ, ਮੈਂ ਕਹਿੰਦਾ ਕੋਈ ਗੱਲ ਨਹੀਂ ਪੁੱਤ, ਕਹਿ ਲਓ ਤੁਸੀਂ ਮਾਂ ਵਾ, ਠੀਕ ਹੈ, ਤੁਹਾਡੇ ਕੋਲ ਲੈਣੇ ਮੈਂ ਤਾਂ, ਅਤੇ ਮੈਂ ਪੈਸੇ ਮੰਗਦੀ ਹੋਵਾਂ ਲੈਣੇ ਹੋਣ, ਮੈਂ ਤੁਹਾਨੂੰ ਕਹੂੰਗੀ ਮੈਨੂੰ ਪੈਸੇ ਦਿਓ, ਹੀਰੇ ਤੁਹਾਡੇ ਕੋਲ ਲੈਣੇ ਆ, ਮੇਰੇ ਸੋਨੇ ਦੇ ਡੱਲੀ ਉਹ ਤੁਸੀਂ ਦੇਣੇ ਮੈਨੂੰ ਪੈਸੇ। ਕਿਆ ਬਾਤ ਹੈ, ਬੋਲਦੇ ਬਹੁਤ ਕਮਾਲ। ਮੈਂ ਇੱਦਾਂ ਕਹਿੰਦੀ ਉਹਨਾਂ ਨੂੰ, ਮੈਂ ਕਿਸੇ ਕੋਲ ਪੈਸਾ ਨਹੀਂ ਲੈਂਦੀ। ਨਹੀਂ, ਪਰ ਕਿਸੇ ਨੇ ਮੁੱਖ ਮੋੜਿਆ ਇਹ ਤਾਂ ਨਾ, ਨਾ ਮੇਰਾ ਕੋਈ ਮਾੜਾ ਕਮੈਂਟ ਲਿਖਿਆ ਕਿਸੇ ਨੇ, ਕਦੇ ਕੁਛ ਨਹੀਂ ਕਹਿੰਦੇ। ਉਹ ਇੱਕ ਹਾਂ, ਕਿਹਾ ਹੋਊਗਾ ਕਿਸੇ ਨੇ, ਮੈਂ ਕੋਈ ਨਹੀਂ ਪਤਾ। ਨਹੀਂ ਨਹੀਂ, ਮੇਰੇ ਕਹਿਣ ਦਾ ਉਸ ਤਰ੍ਹਾਂ ਮਤਲਬ ਆ ਵੀ ਜਦੋਂ ਤੁਹਾਨੂੰ ਲੋੜ ਪਈ ਹੋਵੇ, ਜਿਹਨੂੰ ਤੁਸੀਂ ਆਪਣੇ ਚਾਹੋ। ਮੈਨੂੰ ਲੋੜ ਨਹੀਂ ਪੁੱਤ ਪਈ, ਮੈਂ ਤਾਂ ਗਰੋਸਰੀ, ਮੈਂ ਪਤਾ ਨਹੀਂ ਮੈਨੂੰ ਕਿੱਥੋਂ ਆਉਂਦੀ ਗਰੋਸਰੀ ਮੇਰੀ, ਮੈਨੂੰ ਖੁਦ ਨੂੰ ਪਤਾ। ਮੈਂ ਜਿਹਨੂੰ ਵੀ ਫੋਨ ਕਰਦਾ, ਪੁੱਤ ਮੈਨੂੰ ਰਾਸ਼ਨ ਦੇ ਜਾ, ਇੱਕ ਰਾਸ਼ਨ ਕਹੂਗੀ ਤਾਂ ਮੈਂ 36 ਚੀਜ਼ਾਂ ਲਿਆ ਕੇ ਦਿੰਦੇ ਆ, ਉੱਥੇ ਕੇਕੇ ਮਾਰਕੀਟ ਆ ਸਾਡੀ। ਠੀਕ ਹੈ, ਮੈਨੂੰ ਮੈਨੂੰ ਕੋਈ ਸਬਜ਼ੀਆਂ ਪੁੱਤ ਦੇ ਜਾ, ਉਹ ਆਪਣੇ ਆਪ ਦੇ ਦਿੰਦੇ। ਪੁੱਤ ਬਿੱਲ ਲਿਆਈ ਨਾਲ, ਬਿੱਲ ਹੈ ਜੀ। ਠੀਕ ਹੈ, ਬਿੱਲ ਲੈ ਜਾਂਦੇ, ਸਮਾਨ ਦਿੰਦੇ ਮੈਨੂੰ। ਅੱਛਾ, ਜਿਹੜੀ ਤੁਸੀਂ ਘਰੇ ਰੋਟੀ ਬਣਾਉਂਦੇ ਹੋ ਉਹਦਾ ਪੈਸਾ ਨਹੀਂ ਲੈਂਦੇ? ਨਾ, ਉਹਦਾ ਨਹੀਂ ਪੈਸਾ ਲੈਂਦੀ, ਇੱਕ ਪੈਸਾ ਜਿੰਨੇ ਮਰਜ਼ੀ ਖਾ ਲੈਣ ਤੇ ਡੱਬੀ 'ਚ ਪਾ ਕੇ ਵੀ ਦੇ ਦੂੰਗੀ ਤਾਂ ਵੀ ਪੈਸਾ ਨਹੀਂ ਲੈਂਦੀ ਮੈਂ। ਅੱਛਾ, ਆਖਦੇ ਨਹੀਂ ਰੋਜ਼ ਰੋਟੀਆਂ? ਮੈਂ ਮੈਨੂੰ ਖੁਸ਼ੀ ਮਿਲਦੀ ਪੁੱਤ। ਠੀਕ, ਤੇ ਮੈਂ ਨਾ ਬਣਾਊਂਗੀ ਰੋਟੀ ਤਾਂ ਮੈਂ ਤਾਂ ਮੰਜੇ 'ਚ ਪੈ ਜਾਊਂਗੀ। ਠੀਕ ਹੈ, ਮੈਂ ਬਿਮਾਰ ਹੋ ਜਾਊਂਗੀ। ਲੇਕਿਨ ਜਿਹੜੀ ਰੋਟੀ ਖਵਾਉਣੀ ਹੈ ਨਾ, ਮੇਰਾ ਰੋ ਰੋਮ, ਹੁਣ ਮੈਂ ਗੱਲ ਕਰਦੀ ਨਾ ਤੇ ਮੇਰਾ ਰੋ ਰੋਮ ਖੜਾ ਹੁੰਦਾ।